ਜੇਕਰ ਤੁਸੀਂ ਨੇ ਹਜੇ ਤੱਕ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਸਬਸਕ੍ਰਾਈਬ ਕਰ ਲਓ ਅਤੇ ਨਾਲ ਹੀ ਬੈੱਲ ਦੇ ਆਈਕੋਨ 'ਤੇ ਕਲਿੱਕ ਕਰੋ ਜਿਸ ਨਾਲ ਤੁਹਾਨੂੰ ਚੈਨਲ ਦੀ ਲੇਟੈਸਟ ਵੀਡੀਓ ਦਾ ਨੋਟੀਫਿਕੇਸ਼ਨ ਮਿਲਦਾ ਰਹੂਗਾ। ਹਾਂਜੀ ਸਤਿ ਸ਼੍ਰੀ ਅਕਾਲ ਦੋਸਤੋ, ਤੁਹਾਡਾ ਵੀਡੀਓਜ਼ ਅਲਰਟ YouTube ਚੈਨਲ 'ਤੇ ਬਹੁਤ ਬਹੁਤ ਸਵਾਗਤ ਹੈ। ਤਾਂ ਕਰੋ ਨੋਟ ਅੱਜ ਦੇ ਕਬੱਡੀ ਕੱਪਾਂ ਦੇ ਫਾਈਨਲ ਮੈਚਾਂ ਦੇ ਰਿਜ਼ਲਟ ਨੋਟ। ਤਾਂ ਅੱਜ ਪਿੰਡ ਡੋਡ ਦੇ ਫਾਈਨਲ ਮੈਚ ਵਿੱਚ ਪੁੱਜੀਆਂ ਬਾਂਦਰ ਡੋਡ ਅਤੇ ਭਾਈ ਰੂਪਾ ਦੀਆਂ ਟੀਮਾਂ, ਜਿਨ੍ਹਾਂ ਵਿੱਚੋਂ ਫਸਟ ਰਹੀ ਬਾਂਦਰ ਡੋਡ ਦੀ ਟੀਮ, ਜਿਸ ਨੂੰ 51,000 ਰੁਪਏ ਦਾ ਇਨਾਮ ਦਿੱਤਾ ਗਿਆ, ਅਤੇ ਸੈਕਿੰਡ ਰਹੀ ਭਾਈ ਰੂਪਾ ਦੀ ਟੀਮ, ਜਿਸ ਨੂੰ 31,000 ਰੁਪਏ ਦਾ ਇਨਾਮ ਦਿੱਤਾ ਗਿਆ। ਅਤੇ ਇਸ ਕੱਪ ਦਾ ਬੈਸਟ ਰੇਡਰ ਬਣਿਆ ਬਰਿੰਦਰ ਲੰਡੇ, ਜਿਸ ਨੇ 5 ਰੇਡਾਂ ਪਾ ਕੇ 5 ਅੰਕ ਹਾਸਲ ਕੀਤੇ। ਅਤੇ ਬੈਸਟ ਸਟੋਪਰ ਬਣਿਆ ਸੋਨਾ ਬਾਂਦਰ ਡੋਡ। ਬੈਸਟ ਰੇਡਰ ਅਤੇ ਸਟੋਪਰ ਨੂੰ ਮੋਟਰਸਾਈਕਲ ਦੇ ਕੇ ਸਨਮਾਨ ਕੀਤਾ ਗਿਆ। ਅਤੇ ਬਾਂਦਰ ਡੋਡ ਦੀ ਟੀਮ ਵਿੱਚ ਸੰਦੀਪ ਦੋਦਾ, ਬਰਿੰਦਰ ਲੰਡੇ, ਰਵੀ ਸਾਹੋਕੇ, ਸੋਨਾ ਬਾਂਦਰ ਡੋਡ, ਕਾਲਾ ਅਤੇ ਫੌਜੀ ਖੇਡੇ। ਅਤੇ ਦੂਜੇ ਪਾਸੇ ਭਾਈ ਰੂਪਾ ਦੀ ਟੀਮ ਵਿੱਚ ਗੋਰਾ, ਭੈਣੀ ਬਾਈਆ, ਲੱਖਾ ਜਲਾਲ, ਕਾਂਤਾ, ਦੀਪਾ, ਕਮਲ ਅਤੇ ਗੋਪੀ ਖੇਡੇ। ਅਤੇ ਅਗਲੇ ਕਬੱਡੀ ਕੱਪ ਪਟੜੀਆਣਾ ਦੇ ਫਾਈਨਲ ਮੈਚ ਵਿੱਚ ਪੁੱਜੀਆਂ ਟੰਡੋਲੀ ਅਤੇ ਦੜਬਾ ਪਿੰਡ ਦੀਆਂ ਟੀਮਾਂ, ਜਿਨ੍ਹਾਂ ਵਿੱਚੋਂ ਫਸਟ ਰਹੀ ਟੰਡੋਲੀ ਦੀ ਟੀਮ, ਜਿਸ ਨੇ 14.5 ਅੰਕ ਹਾਸਲ ਕੀਤੇ ਅਤੇ 51,000 ਰੁਪਏ ਦਾ ਇਨਾਮ ਦਿੱਤਾ ਗਿਆ। ਅਤੇ ਸੈਕਿੰਡ ਰਹੀ ਦੜਬਾ ਪਿੰਡ ਦੀ ਟੀਮ, ਜਿਸ ਨੇ 14 ਅੰਕ ਹਾਸਲ ਕੀਤੇ ਅਤੇ 41,000 ਰੁਪਏ ਦਾ ਇਨਾਮ ਦਿੱਤਾ ਗਿਆ। ਅਤੇ ਇਸ ਕੱਪ ਦਾ ਬੈਸਟ ਰੇਡਰ ਬਣਿਆ ਪ੍ਰਵੀਨ ਬੋਪਰ, ਜਿਸ ਨੇ 7 ਰੇਡਾਂ ਪਾ ਕੇ 6 ਅੰਕ ਹਾਸਲ ਕੀਤੇ। ਅਤੇ ਬੈਸਟ ਸਟੋਪਰ ਬਣਿਆ ਧਿਆਨਾ ਦੜਬਾ, ਜਿਸ ਨੇ 5 ਟੱਚ ਲੈ ਕੇ 3 ਜੱਫੇ ਲਾਏ। ਬੈਸਟ ਰੇਡਰ ਅਤੇ ਸਟੋਪਰ ਨੂੰ LEDs ਨਾਲ ਸਨਮਾਨ ਵੀ ਕੀਤਾ ਗਿਆ। ਅਤੇ ਦੜਬਾ ਪਿੰਡ ਦੀ ਟੀਮ ਵਿੱਚ ਪ੍ਰਵੀਨ ਬੋਪਰ, ਮੇਲਾ ਬਲਵੇੜਾ, ਰਾਜ ਝੋਟ, ਸ਼ੈਲੀ, ਗੁਰਮਤ, ਗੁਰਵਿੰਦਰ ਸੰਘਾ, ਜੱਸਾ ਅਤੇ ਕੁਲਦੀਪ ਠੇਕੇਦਾਰ ਖੇਡੇ। ਅਤੇ ਦੂਜੇ ਪਾਸੇ ਟੰਡੋਲੀ ਦੀ ਟੀਮ ਵਿੱਚ ਧਿਆਨਾ ਦੜਬਾ, ਸੱਤੀ ਦੜਬਾ, ਕਾਲਾ ਟੰਡੋਲੀ, ਪ੍ਰਦੀਪ ਤੂਫਾਨ ਅਤੇ ਛੋਟਾ ਕਾਲਾ ਖੇਡੇ। ਅਤੇ ਅਗਲੇ ਕਬੱਡੀ ਕੱਪ ਰਾਣੀਆਂ ਦੇ ਫਾਈਨਲ ਮੈਚ ਵਿੱਚ ਪੁੱਜੀਆਂ ਧੂਰਕੋਟ ਅਤੇ ਭਾਗੀ ਕੇ ਦੀਆਂ ਟੀਮਾਂ, ਜਿਨ੍ਹਾਂ ਵਿੱਚੋਂ ਫਸਟ ਰਹੀ ਧੂਰਕੋਟ, ਜਿਸ ਨੂੰ 51,000 ਰੁਪਏ ਦਾ ਇਨਾਮ ਦਿੱਤਾ ਗਿਆ, ਅਤੇ ਸੈਕਿੰਡ ਰਹੀ ਭਾਗੀ ਕੇ ਦੀ ਟੀਮ, ਜਿਸ ਨੂੰ 41,000 ਰੁਪਏ ਦਾ ਇਨਾਮ ਦਿੱਤਾ ਗਿਆ। ਅਤੇ ਇਸ ਕੱਪ ਦਾ ਬੈਸਟ ਰੇਡਰ ਬਣਿਆ ਬਿੰਦਰੂ ਧੂਰਕੋਟ ਅਤੇ ਕਰਨ ਦਿਆਲਪੁਰਾ ਜੁਆਇੰਟ। ਅਤੇ ਬੈਸਟ ਸਟੋਪਰ ਬਣਿਆ ਸੇਰਾ ਧੂਰਕੋਟ ਅਤੇ ਗਿੱਲ ਇੰਦਗੜ੍ਹ, ਜਿਨ੍ਹਾਂ ਦੋਨਾਂ ਦੇ 4-4 ਜੱਫੇ ਸੀ। ਬੈਸਟ ਰੇਡਰ ਅਤੇ ਸਟੋਪਰ ਨੂੰ 10,000 ਰੁਪਇਆ ਦੇ ਕੇ ਸਨਮਾਨ ਕੀਤਾ ਗਿਆ। ਅਤੇ ਧੂਰਕੋਟ ਦੀ ਟੀਮ ਵਿੱਚ ਗੁਰਵਿੰਦਰ ਘੋਲੀਆ, ਗਿੱਲ ਇੰਦਗੜ੍ਹ, ਕਰਨ ਦਿਆਲਪੁਰ, ਸੰਘਾ ਖਾਰਾ, ਸੀਰਾ ਅਤੇ ਬਿਨੇਰੂ ਖੇਡੇ। ਅਤੇ ਦੂਜੇ ਪਾਸੇ ਭਾਗੀਕੇ ਦੀ ਟੀਮ ਵਿੱਚ ਕਾਂਤਾ ਰਸੂਲਪੁਰ, ਸੁਖਦੀਪ ਰਾਏਸਰ, ਗੁਰਦੀਪ ਰਾਏਸਰ, ਸੀਰਾ ਰਸੂਲਪੁਰ, ਮਹਿਤਾਬ ਅਤੇ ਭੰਬਰ ਖੇਡੇ। ਅਤੇ ਅਗਲੇ ਕਬੱਡੀ ਕੱਪ ਮੋਰਾਂਵਾਲੀ ਦੇ ਫਾਈਨਲ ਮੈਚ ਵਿੱਚ ਪੁੱਜੀਆਂ NRI ਮੰਡੀ ਅਤੇ BBS ਰੁੜਕਾ ਦੀਆਂ ਟੀਮਾਂ, ਜਿਨ੍ਹਾਂ ਵਿੱਚੋਂ ਫਸਟ ਰਹੀ NRI ਮੰਡੀ ਦੀ ਟੀਮ, ਜਿਸ ਨੂੰ 61,000 ਰੁਪਏ ਦਾ ਇਨਾਮ ਦਿੱਤਾ ਗਿਆ, ਅਤੇ ਸੈਕਿੰਡ ਰਹੀ BBS ਰੁੜਕਾ ਦੀ ਟੀਮ, ਜਿਸ ਨੂੰ 51,000 ਰੁਪਏ ਦਾ ਇਨਾਮ ਦਿੱਤਾ ਗਿਆ।
ਅਤੇ ਇਸ ਕੱਪ ਦਾ ਬੈਸਟ ਰੇਡਰ ਬਣਿਆ ਮੋਠਾ ਭਾਦਸੋਂ ਅਤੇ ਬੈਸਟ ਸਟੋਪਰ ਬਣਿਆ ਗੋਪੀ ਚਮਕੌਰ ਸਾਹਿਬ। ਬੈਸਟ ਰੇਡਰ ਅਤੇ ਸਟੋਪਰ ਨੂੰ ਗੋਲਡ ਰਿੰਗਾਂ ਦੇ ਕੇ ਸਨਮਾਨ ਵੀ ਕੀਤਾ ਗਿਆ। ਅਤੇ ਅਗਲੇ ਕਬੱਡੀ ਕੱਪ ਕੋਟਲਾ ਦੇ ਫਾਈਨਲ ਮੈਚ ਵਿੱਚ ਪੁੱਜੀਆਂ ਚੋਲਾ ਸਾਹਿਬ ਅਤੇ ਲੱਖਾਂ ਕਲਾਂ ਦੀਆਂ ਟੀਮਾਂ, ਜਿਨ੍ਹਾਂ ਵਿੱਚੋਂ ਫਸਟ ਰਹੀ ਚੋਲਾ ਸਾਹਿਬ ਦੀ ਟੀਮ, ਜਿਸ ਨੇ 30.5 ਅੰਕ ਹਾਸਲ ਕੀਤੇ ਅਤੇ 41,000 ਰੁਪਏ ਦਾ ਇਨਾਮ ਦਿੱਤਾ ਗਿਆ। ਅਤੇ ਸੈਕਿੰਡ ਰਹੀ ਲੱਖਾਂ ਕਲਾਂ ਦੀ ਟੀਮ, ਜਿਸ ਨੇ 28 ਅੰਕ ਹਾਸਲ ਕੀਤੇ ਅਤੇ 31,000 ਰੁਪਏ ਦਾ ਇਨਾਮ ਦਿੱਤਾ ਗਿਆ। ਅਤੇ ਇਸ ਕੱਪ ਦਾ ਬੈਸਟ ਰੇਡਰ ਬਣਿਆ ਗੁਲਜ਼ਾਰੀ ਲੱਖਾਂ ਕਲਾਂ ਅਤੇ ਜੀਵਨ ਘਾਗੜਾ, ਅਤੇ ਬੈਸਟ ਸਟੋਪਰ ਬਣਿਆ ਕਰਮਜੀਤ ਸ਼ਹੀਦਾਂ। ਅਤੇ ਲੱਖਾਂ ਕਲਾਂ ਦੀ ਟੀਮ ਵਿੱਚ ਨਾਗੋ, ਗੁਲਜ਼ਾਰੀ, ਜੈਲੂ, ਦਵਿੰਦਰ, ਅੰਗਰੇਜ਼ ਗੀਰਾਂਵਾਲੀ ਅਤੇ ਸੁੱਖੀ ਭਲਵਾਨ ਖੇਡੇ। ਅਤੇ ਦੂਜੇ ਪਾਸੇ ਚੋਲਾ ਸਾਹਿਬ ਦੀ ਟੀਮ ਵਿੱਚ ਪਾਲਾ ਜੋਗੇਵਾਲ, ਦੁੱਲਾ, ਕਰਮਜੀਤ, ਸਰਹਾਲੀ, ਜੀਵਨ ਘਾਗੜਾ, ਅੰਮ੍ਰਿਤ ਅਤੇ ਬਿੱਲਾ ਖੇਡੇ। ਅਤੇ ਅਗਲੇ ਕਬੱਡੀ ਕੱਪ ਚੱਕ ਬੈਂਡਲ ਦੇ ਫਾਈਨਲ ਮੈਚ ਵਿੱਚ ਪੁੱਜੀਆਂ ਅਨੰਦਪੁਰ ਸਾਹਿਬ ਅਤੇ ਭਗਵਾਨਪੁਰ ਦੀਆਂ ਟੀਮਾਂ, ਜਿਨ੍ਹਾਂ ਵਿੱਚੋਂ ਫਸਟ ਰਹੀ ਅਨੰਦਪੁਰ ਸਾਹਿਬ ਦੀ ਟੀਮ, ਜਿਸ ਨੇ 39 ਅੰਕ ਹਾਸਲ ਕੀਤੇ ਅਤੇ 1,00,000 ਰੁਪਏ ਦਾ ਇਨਾਮ ਦਿੱਤਾ ਗਿਆ। ਅਤੇ ਸੈਕਿੰਡ ਰਹੀ ਭਗਵਾਨਪੁਰ ਦੀ ਟੀਮ, ਜਿਸ ਨੇ 19.5 ਅੰਕ ਹਾਸਲ ਕੀਤੇ ਅਤੇ 75,000 ਰੁਪਏ ਦਾ ਇਨਾਮ ਦਿੱਤਾ ਗਿਆ। ਅਤੇ ਇਸ ਕੱਪ ਦਾ ਬੈਸਟ ਰੇਡਰ ਬਣਿਆ ਰਵੀ ਦਿਓਰਾ, ਜਿਸ ਨੇ 12 ਰੇਡਾਂ ਪਾ ਕੇ 12 ਅੰਕ ਹਾਸਲ ਕੀਤੇ। ਅਤੇ ਬੈਸਟ ਸਟੋਪਰ ਬਣਿਆ ਅਮਨ ਦਿਓਰਾ। ਬੈਸਟ ਰੇਡਰ ਅਤੇ ਸਟੋਪਰ ਨੂੰ ਮੋਟਰਸਾਈਕਲ ਦੇ ਕੇ ਸਨਮਾਨ ਕੀਤਾ ਗਿਆ। ਅਤੇ ਅਨੰਦਪੁਰ ਸਾਹਿਬ ਦੀ ਟੀਮ ਵਿੱਚ ਗੱਗੀ ਖੀਰਾਂਵਾਲੀ, ਰਵੀ ਦਿਓਰਾ, ਟੱਲੀ ਨਿਓਲੀ, ਮੱਖਣ ਸਤੌਜ, ਸਦੀਕ ਹਰਿਆਣਾ, ਪਠਾਨ, ਤਾਰੀ ਖੀਰਾਂਵਾਲੀ, ਸੋਨੂੰ ਜੰਡਾਲੀ, ਕਾਲਾ ਜੰਡਾਲੀ, ਸੋਨੂੰ ਸੌਂਗਲ, ਅਮਨ ਦਿਓਰਾ ਅਤੇ ਸੀਲਾ ਦੇਦਲਾ ਖੇਡੇ। ਅਤੇ ਦੂਜੇ ਪਾਸੇ ਭਗਵਾਨਪੁਰ ਦੀ ਟੀਮ ਵਿੱਚ ਜੱਗਾ, ਘੁੱਗੀ, ਮਿੰਟੂ ਬੋਪਾ ਰਾਏ, ਬੰਟੀ, ਗੁਲਜ਼ਾਰੀ, ਸਾਬੀ, ਚੈਨਾ ਗੁਜਰਵਾਲ, ਰੂਟਾ ਬਿਟਰ ਅਤੇ ਸੁੱਖਾ ਖੇਡੇ। ਅਤੇ ਅਗਲੇ ਕਬੱਡੀ ਕੱਪ ਰਾਜੇਵਾਲ ਦੇ ਫਾਈਨਲ ਮੈਚ ਵਿੱਚ ਪੁੱਜੀਆਂ ਧਨੌਰੀ ਅਤੇ ਬਰਸਾਲਪੁਰ ਦੀਆਂ ਟੀਮਾਂ, ਜਿਨ੍ਹਾਂ ਵਿੱਚੋਂ ਫਸਟ ਰਹੀ ਧਨੌਰੀ ਦੀ ਟੀਮ, ਜਿਸ ਨੇ 21 ਅੰਕ ਹਾਸਲ ਕੀਤੇ ਅਤੇ 61,000 ਰੁਪਏ ਦਾ ਇਨਾਮ ਦਿੱਤਾ ਗਿਆ। ਅਤੇ ਸੈਕਿੰਡ ਰਹੀ ਬਰਸਾਲਪੁਰ ਦੀ ਟੀਮ, ਜਿਸ ਨੇ 19.5 ਅੰਕ ਹਾਸਲ ਕੀਤੇ ਅਤੇ 41,000 ਰੁਪਏ ਦਾ ਇਨਾਮ ਦਿੱਤਾ ਗਿਆ। ਅਤੇ ਇਸ ਕੱਪ ਦਾ ਬੈਸਟ ਰੇਡਰ ਬਣਿਆ ਲਾਲੀ ਸਮਾਣਾ, ਜਿਸ ਨੇ 12 ਰੇਡਾਂ ਪਾ ਕੇ 12 ਅੰਕ ਹਾਸਲ ਕੀਤੇ। ਅਤੇ ਬੈਸਟ ਸਟੋਪਰ ਬਣਿਆ ਮਣੀ ਧਨੌਰੀ, ਜਿਸ ਨੇ 5 ਟੱਚ ਲੈ ਕੇ 3 ਜਫੇ ਲਾਏ। ਬੈਸਟ ਰੇਡਰ ਅਤੇ ਸਟੋਪਰ ਨੂੰ ਮੋਟਰਸਾਈਕਲ ਦੇ ਕੇ ਸਨਮਾਨ ਕੀਤਾ ਗਿਆ। ਅਤੇ ਧਨੌਰੀ ਦੀ ਟੀਮ ਵਿੱਚ ਗੁਰਦੀਪ ਜੀਰਕਪੁਰ, ਲਾਲੀ ਸਮਾਣਾ, ਸ਼ਿੰਗਾਰਾ ਹੋਲ, ਮਣੀ ਅਤੇ ਹੈਰੀ ਖੇਡੇ। ਅਤੇ ਦੂਜੇ ਪਾਸੇ ਬਰਸਾਲਪੁਰ ਦੀ ਟੀਮ ਵਿੱਚ ਮੰਗੂ, ਬਦਵਾਲੀ, ਕਾਲਾ ਘਣੀਵਾਲੀ, ਬਿੱਲਾ ਖੁੱਡਾ ਅਲੀ ਸ਼ੇਰ ਅਤੇ ਗੱਗਾ ਖੇਡੇ। ਅਤੇ ਅਗਲੇ ਕਬੱਡੀ ਕੱਪ ਰਾਣਵਾ ਦੇ ਫਾਈਨਲ ਮੈਚ ਵਿੱਚ ਪੁੱਜੀਆਂ ਝਨੇਰ ਅਤੇ ਸ਼ੀਹਾਂ ਦੌਦ ਦੀਆਂ ਟੀਮਾਂ, ਜਿਨ੍ਹਾਂ ਵਿੱਚੋਂ ਫਸਟ ਰਹੀ ਝਨੇਰ ਦੀ ਟੀਮ, ਜਿਸ ਨੇ 15 ਅੰਕ ਹਾਸਲ ਕੀਤੇ ਅਤੇ 51,000 ਰੁਪਏ ਦਾ ਇਨਾਮ ਦਿੱਤਾ ਗਿਆ। ਅਤੇ ਸੈਕਿੰਡ ਰਹੀ ਸੀਹਾਂ ਦੌਦ ਦੀ ਟੀਮ, ਜਿਸ ਨੇ 11.5 ਅੰਕ ਹਾਸਲ ਕੀਤੇ ਅਤੇ 31,000 ਰੁਪਏ ਦਾ ਇਨਾਮ ਦਿੱਤਾ ਗਿਆ। ਅਤੇ ਇਸ ਕੱਪ ਦਾ ਬੈਸਟ ਰੇਡਰ ਬਣਿਆ
ਜਸ਼ਨ ਆਲਮਗੀਰ ਜਿਸ ਨੇ 9 ਰੇਡਾਂ ਪਾ ਕੇ 8 ਅੰਕ ਹਾਸਲ ਕੀਤੇ ਅਤੇ ਬੈਸਟ ਸਟਾਪਰ ਬਣਿਆ ਆਸ਼ੂ ਝਨੇਰ ਜਿਸ ਨੇ 2 ਟੱਚ ਲੈ ਕੇ 2 ਜਫੇ ਲਾਏ ਅਤੇ ਤਾਰੀ ਝਨੇਰ ਜਿਸ ਨੇ 3 ਟੱਚ ਲੈ ਕੇ 2 ਜਫੇ ਲਾਏ ਜੁਆਇੰਟ ਕੱਢ ਦਿੱਤੇ ਗਏ। ਬੈਸਟ ਰੇਡਰ ਅਤੇ ਸਟੋਪਰ ਨੂੰ 11-11 ਹਜ਼ਾਰ ਰੁਪਏ ਦੀ ਨਕਦ ਰਾਸ਼ੀ ਨਾਲ ਸਨਮਾਨ ਵੀ ਕੀਤਾ ਗਿਆ ਅਤੇ ਝਨੇਰ ਦੀ ਟੀਮ ਵਿੱਚ ਜੌਂਟੀ ਕਲਸੀਆਂ, ਕੁਲਵੰਤ ਕਕਰਾਲੀ, ਜਸ਼ਨ ਆਲਮਗੀਰ, ਤਾਰੀ ਕਾਲਾ ਅਤੇ ਆਸ਼ੂ ਖੇਡੇ ਅਤੇ ਦੂਜੇ ਪਾਸੇ ਸਿਹਾਂ ਤੌਤ ਦੀ ਟੀਮ ਵਿੱਚ ਹਰਵਿੰਦਰ ਰੱਬੋਂ, ਤੋਤਾ ਕੰਗਣਵਾਲ, ਕੋਮਲ ਮਤੋਈ, ਸੋਨੀ ਸਿਹਾਂ ਦੌਦ, ਭਾਊ ਸਿਹਾਂ ਦੌਦ, ਸੱਤਾ ਅਤੇ ਸੰਦੀਪ ਖੇਡੇ ਅਤੇ ਅਗਲੇ ਕਬੱਡੀ ਕੱਪ ਚਹੇੜੂ ਦੇ ਫਾਈਨਲ ਮੈਚ ਵਿੱਚ ਪੁੱਜੀਆਂ ਸੈਂਟਰ ਬੈਲੀ USA ਅਤੇ ਬਾਬਾ ਬੁੱਢਾ ਕਲੱਬ ਰਾਮਦਾਸ ਦੀਆਂ ਟੀਮਾਂ, ਜਿਨ੍ਹਾਂ ਵਿੱਚੋਂ ਫਸਟ ਰਹੀ ਸੈਂਟਰ ਬੈਲੀ USA ਦੀ ਟੀਮ ਜਿਸ ਨੂੰ 1,25,000 ਰੁਪਏ ਦਾ ਇਨਾਮ ਦਿੱਤਾ ਗਿਆ ਅਤੇ ਸੈਕਿੰਡ ਰਹੀ ਬਾਬਾ ਬੁੱਢਾ ਕਲੱਬ ਰਾਮਦਾਸ ਦੀ ਟੀਮ ਜਿਸ ਨੂੰ 1,00,000 ਰੁਪਏ ਦਾ ਇਨਾਮ ਦਿੱਤਾ ਗਿਆ ਅਤੇ ਇਸ ਕੱਪ ਦਾ ਬੈਸਟ ਰੇਡਰ ਬਣਿਆ ਸੁੱਖਾ ਮਾਲਾ, ਕਾਲਾ ਧੂਰਕੋਟ, ਭੂਰੀ ਛੰਨਾ, ਤਿੰਨੋਂ ਜੁਆਇੰਟ ਨਿਕਲੇ ਟੀਮ ਦੀ ਸਹਿਮਤੀ ਨਾਲ ਅਤੇ ਬੈਸਟ ਸਟੋਪਰ ਬਣਿਆ ਮੰਗੀ ਬੱਗਾ ਪਿੰਡ। ਬੈਸਟ ਰੇਡਰ ਅਤੇ ਸਟੋਪਰ ਨੂੰ ਮੋਟਰਸਾਈਕਲ ਦੇ ਕੇ ਸਨਮਾਨ ਵੀ ਕੀਤਾ ਗਿਆ ਅਤੇ ਸੈਂਟਰ ਬੈਲੀ USA ਦੀ ਟੀਮ ਵਿੱਚ ਮੰਗੀ ਬੱਗਾ ਪਿੰਡ, ਗੁਰਦੀਪ ਮਾਧੋਪੁਰ, ਬੱਬੂ ਕਰੀਵਾਲਾ, ਗਿੰਦਾ ਬੱਗਾ ਪਿੰਡ, ਸਨੀ ਕਾਲਾ ਸੰਘਿਆ, ਤਾਜਾ ਕਾਲਾ ਸੰਘਿਆ, ਸੁੱਖਾ ਮਾਲਾ, ਕਾਲਾ ਧੂਰਕੋਟ, ਭੂਰੀ ਛੰਨਾ ਅਤੇ ਰੇਸ਼ਮ ਜਾਮਾ ਰਾਏ ਖੇਡੇ ਅਤੇ ਦੂਜੇ ਪਾਸੇ ਬਾਬਾ ਬੁੱਢਾ ਕਲੱਬ ਰਾਮਦਾਸ ਦੀ ਟੀਮ ਵਿੱਚ ਮਨਜਿੰਦਰ ਚੱਕੀ ਰਾਮਦਾਸ, ਜੱਸਾ ਰਾਮਦਾਸ, ਨਵ, ਲਵਲੀ, ਮੰਨਾ, ਗਿੰਦਰ, ਸ਼ੇਰਾ, ਮੱਤਾ ਅਤੇ ਰੂਪਾ ਬੈਰੋਕੇ ਖੇਡੇ ਅਤੇ ਅਗਲੇ ਕਬੱਡੀ ਕੱਪ ਸਾਹਨੇਵਾਲ ਦੇ ਫਾਈਨਲ ਮੈਚ ਵਿੱਚ ਪੁੱਜੀਆਂ ਬਾਬਾ ਭਗਵਾਨ ਸਿੰਘ ਕਬੱਡੀ ਕਲੱਬ ਭਗਵਾਨਪੁਰਾ ਅਤੇ ਬਾਬਾ ਫੁੱਲੂ ਪੀਰ ਕਲੱਬ ਰੌਣੀ ਦੀਆਂ ਟੀਮਾਂ, ਜਿਨ੍ਹਾਂ ਵਿੱਚੋਂ ਫਸਟ ਰਹੀ ਬਾਬਾ ਭਗਵਾਨ ਸਿੰਘ ਕਬੱਡੀ ਕਲੱਬ ਭਗਵਾਨਪੁਰਾ ਦੀ ਟੀਮ ਜਿਸ ਨੇ 49 ਅੰਕ ਹਾਸਲ ਕੀਤੇ ਅਤੇ 1,50,000 ਰੁਪਏ ਦਾ ਇਨਾਮ ਦਿੱਤਾ ਗਿਆ ਅਤੇ ਸੈਕਿੰਡ ਰਹੀ ਬਾਬਾ ਫੁੱਲੂ ਪੀਰ ਕਲੱਬ ਰੌਣੀ ਦੀ ਟੀਮ ਜਿਸ ਨੇ 31.5 ਅੰਕ ਹਾਸਲ ਕੀਤੇ ਅਤੇ 1,00,000 ਰੁਪਏ ਦਾ ਇਨਾਮ ਦਿੱਤਾ ਗਿਆ ਅਤੇ ਇਸ ਕੱਪ ਦਾ ਬੈਸਟ ਰੇਡਰ ਬਣਿਆ ਮੱਖਣ ਮੱਖੀ ਅਤੇ ਬੈਸਟ ਸਟੋਪਰ ਬਣਿਆ ਜੋਤ ਰਾਮਗੜ੍ਹ ਸਰਦਾਰਾਂ। ਬੈਸਟ ਰੇਡਰ ਦੇ ਸਟੋਪਰ ਨੂੰ ਫੋਰਡ ਟਰੈਕਟਰ ਦੇ ਕੇ ਸਨਮਾਨ ਕੀਤਾ ਗਿਆ ਅਤੇ ਬਾਬਾ ਫੁੱਲੂ ਪੀਰ ਕਬੱਡੀ ਕਲੱਬ ਰੌਣੀ ਦੀ ਟੀਮ ਵਿੱਚ ਗਗਨ ਢੰਡੋਲੀ, ਜੱਗਾ ਕੋਟਾ, ਵਿੱਕੀ ਕਪਿਆਲ, ਜੋਬਨ ਸ਼ਹੀਦਾਂ, ਗੋਰਾ ਸਰਹਾਲਾ, ਸਿੰਮੂ ਕੱਲਾ, ਲੱਖਾ ਢੰਡੋਲੀ, ਸ਼ੇਰੂ ਧਨੌਰੀ, ਜਸ਼ਨ ਕੱਕੜਵਾਲ, ਚਰਨੀ ਰੋਗਲਾ ਅਤੇ ਗੋਰਾ ਕਲਸੀਆਂ ਖੇਡੇ ਅਤੇ ਦੂਜੇ ਪਾਸੇ ਬਾਬਾ ਭਗਵਾਨ ਸਿੰਘ ਕਬੱਡੀ ਕਲੱਬ ਭਗਵਾਨਪੁਰਾ ਦੀ ਟੀਮ ਵਿੱਚ ਰਾਜੂ ਕੋਟਲਾ ਪੜੀ, ਮਨਜੋਤ ਮਾਛੀਵਾੜਾ, ਮੱਖਣ ਮੱਖੀ, ਕਾਕਾ ਨਗਲਾ, ਗੋਪੀ ਕੈਰੋਂ, ਲੱਖਾ ਚੀਮਾ, ਕੁਲਦੀਪ ਸ਼ਿਕਾਰ ਮਾਨਸੀਆਂ, ਖੁਸ਼ ਅਟਬਾਲ, ਜੱਟ ਗੜੀ ਤਰਖਾਣਾ ਅਤੇ ਜੋਤ ਰਾਮਗੜ੍ਹ ਸਰਦਾਰਾਂ ਖੇਡੇ ਅਤੇ ਇਹ ਸੀ ਅੱਜ ਦੇ ਕਬੱਡੀ ਕੱਪਾਂ ਦੇ ਫਾਈਨਲ ਮੈਚਾਂ ਦੇ ਰਿਜ਼ਲਟ। ਜੇਕਰ ਤੁਹਾਨੂੰ ਸਾਡੀ ਇਹ ਜਾਣਕਾਰੀ ਵਧੀਆ ਲੱਗਦੀ ਹੈ ਤਾਂ ਵੀਡੀਓ ਨੂੰ ਲਾਈਕ ਅਤੇ ਸ਼ੇਅਰ ਜ਼ਰੂਰ ਕਰਿਆ ਕਰੋ ਅਤੇ ਜੇਕਰ ਕੋਈ ਸਵਾਲ ਜਾਂ ਸੁਝਾਅ ਹੋਵੇ ਜਾਂ ਕਿਸੇ ਵੀਡੀਓ ਬਾਰੇ ਤਾਂ ਸਾਨੂੰ ਇਸ ਵੀਡੀਓ ਦੇ ਕਮੈਂਟ ਬਾਕਸ ਵਿੱਚ ਕਮੈਂਟ ਕਰਕੇ ਜ਼ਰੂਰ ਦੱਸੋ ਅਤੇ ਜੇ ਤੁਸੀਂ ਸਾਡੇ ਚੈਨਲ 'ਤੇ ਪਹਿਲੀ ਵਾਰ ਆਏ ਹੋ ਤਾਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਓ ਅਤੇ ਨਾਲ ਬਣੇ ਬੈੱਲ ਨੂੰ ਵੀ ਜ਼ਰੂਰ ਦਬਾ ਦਿਓ ਜਿਸ ਨਾਲ ਤੁਹਾਨੂੰ ਆਉਣ ਵਾਲੀਆਂ ਸਾਰੀਆਂ ਨਵੀਆਂ ਵੀਡੀਓਜ਼ ਦਾ ਪਤਾ ਲੱਗਦਾ ਰਹੂਗਾ।
ਤਾਂ ਮਿਲਦੇ ਹਾਂ ਨੈਕਸਟ ਵੀਡੀਓ ਦੇ ਵਿੱਚ ਕਿਸੇ ਹੋਰ ਨਵੀਂ ਅਪਡੇਟ ਦੇ ਨਾਲ। ਧੰਨਵਾਦ।